ਮਿਲਦੀ ਆਮ ਆਦਮੀ ਪਾਰਟੀ ਵੱਲੋਂ ਇੱਕ ਸ਼ਾਸਤਦਾਨਾ ਦੇ ਪਰਿਵਾਰ ਵਿੱਚੋਂ ਹੋਣ ਕਰਕੇ ਮਿਲਦੀ ਹੈ ਜਾਂ ਸਮਾਜ ਸੇਵਾ ਸਮਾਜ ਦੇ ਪ੍ਰਤੀ ਹੋਣ ਕਰਕੇ ਮਿਲਦੀ ਹੈ ਸ਼ਾਸਤ ਦੇ ਆਪਰੇਸ਼ਨ ਵੀ ਕਰਾਂਗੇ ਜੀ ਪਾਰ ਸ਼ੁਰੂ ਹੋ ਗਈ ਬਿਲਕੁਲ ਸਮਝ ਰਹੀ ਹੈ ਕਿ ਕਿਵੇਂ ਕਰਨੇ ਚਾਹੀਦੇ ਨੇ ਆਪਰੇਸ਼ਨ ਵਧੀਆ ਹੰਗਾਰਾ ਦੇ ਰਹੇ ਨੇ ਲੋਕ ਬਹੁਤ ਪਿਆਰ ਕਰਦੇ ਨੇ ਮੇਰੇ ਮਰੀਜ਼ ਹੀ ਹੁੰਦੇ ਅੱਧੇ ਤੋਂ ਜ਼ਿਆਦਾ ਤਾਂ ਮੈਨੂੰ ਪਛਾਣਦੇ ਆ ਤਾਂ ਬਹੁਤ ਖੁਸ਼ ਹੋ ਕੇ ਮਿਲਦੇ ਆ ਤੇ ਅੱਖਾਂ ਦੇ ਦੱਸੀ ਮੈਡਮ ਹਨ ਹੁਣ ਸਿਆਸਤ ਦੇ ਆਪਰੇਸ਼ਨ ਲੱਗਦਾ ਹੋ ਜਾਣਗੇ ਕਾਮਯਾਬ ਇਹ ਨਾਲੇ ਵੀ ਪੁੱਛਦੇ ਆ ਵੀ ਆਪਰੇਸ਼ਨ ਕਦੋਂ ਕਰੋਗੇ ਸਤਿ ਸ਼੍ਰੀ ਅਕਾਲ ਤੁਸੀਂ ਜੁੜੋ ਸੱਚ ਬਾਈ ਨਾਲ ਮੈਂ ਹਾਂ ਰਣਜੀਤ ਗਿੱਲ ਮਲੋੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਜੀਤ ਕੌਰ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਬਲਜੀਤ ਕੌਰ ਡਾਕਟਰ ਜਿੱਥੇ ਸਮਾਜ ਸੇਵਾ ਦੇ ਵਿੱਚ ਵਿਚਰੇ ਨੇ ਉਹਨਾਂ ਦੇ ਜਿਹੜੇ ਪਾਪਾ ਨੇ ਉਹ ਵੀ ਪਹਿਲਾਂ ਸ਼ਾਸਤ ਦੇ ਵਿੱਚ ਸੀ ਸੋ ਗੱਲਬਾਤ ਕਰ ਲੈਂਦੇ ਹਾਂ ਮੈਡਮ ਨਾਲ ਸਤਿ ਸ਼੍ਰੀ ਅਕਾਲ ਮੈਮ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਵਿਰਸੇ 'ਚ ਹੀ ਮਿਲ ਗਈ ਤੁਹਾਨੂੰ ਤਾਂ ਜੀ ਫਿਰ ਸਿਆਸਤ ਨਹੀਂ ਮੈਂ ਕਹਿ ਨਹੀਂ ਸਕਦੀ ਕਿਉਂਕਿ ਮੇਰੇ ਫਾਦਰ ਸਾਹਿਬ ਵੀ ਪਹਿਲੀ ਵਾਰੀ ਸਿਆਸਤ 'ਚ ਆਏ ਸੀ ਮੈਂ ਦੇਖਿਆ ਜ਼ਰੂਰ ਹੈ ਉਹਨਾਂ ਨੂੰ ਵਿਚਰਦੇ ਹੋਏ ਸਿਆਸਤ ਵਿੱਚ ਪਰ ਮੇਰਾ ਕੋਈ ਮਨ ਨਹੀਂ ਸੀ ਜਿਸ ਤਰ੍ਹਾਂ ਮੈਂ ਆਈ ਹਾਂ ਉਹਨੂੰ ਮੈਂ ਐਂ ਨਹੀਂ ਕਹਿ ਸਕਦੀ ਕਿ ਮੈਂ ਕੁਛ ਉਹਨਾਂ ਤੋਂ ਗ੍ਰਹਿਣ ਕਰਕੇ ਆਈ ਹਾਂ ਡਿਊਟੀ 'ਤੇ ਰਹਿਣ ਦੇ ਕਰਕੇ ਪ੍ਰਚਾਰ ਤਾਂ ਤੁਸੀਂ ਨਹੀਂ ਕਰ ਸਕੇ ਹੋਗੇ ਉਹਦਾ ਹਾਂ ਨਹੀਂ ਮੈਨੂੰ ਟਿਕਟ ਵੀ ਲੇਟ ਮਿਲੀ ਹੈ ਅਤੇ ਮੇਰਾ ਮਤਲਬ ਪਹਿਲਾਂ ਕੋਈ ਇਸ ਤਰ੍ਹਾਂ ਨਹੀਂ ਸੀ ਕਿ ਮੈਂ ਸਿਆਸਤ 'ਚ ਆਵਾਂਗੀ ਪਰ ਜਦੋਂ ਹੀ ਟਿਕਟ ਮਿਲਦੀ ਹੈ ਤਾਂ ਉਸ ਤੋਂ ਬਾਅਦ ਮੈਂ ਪ੍ਰਚਾਰ ਸ਼ੁਰੂ ਕੀਤਾ ਟਿਕਟ ਮਿਲਦੀ ਆਮ ਆਦਮੀ ਪਾਰਟੀ ਵੱਲੋਂ ਇੱਕ ਸ਼ਾਸਤਦਾਨਾ ਦੇ ਪਰਿਵਾਰ ਵਿੱਚੋਂ ਹੋਣ ਕਰਕੇ ਮਿਲਦੀ ਹੈ ਜਾਂ ਸਮਾਜ ਸੇਵਾ ਸਮਾਜ ਦੇ ਪ੍ਰਤੀ ਹੋਣ ਕਰਕੇ ਮਿਲਦੀ ਹੈ ਇਹ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਮੇਰਾ ਵੀ ਕੋਈ ਇੱਦਾਂ ਵਿਚਾਰ ਨਹੀਂ ਸੀਗਾ ਸਿਆਸਤ ਵਿੱਚ ਆਉਣ ਦਾ ਅਤੇ ਨਾ ਹੀ ਮੇਰੇ ਫਾਦਰ ਸਾਹਿਬ ਦਾ ਕੋਈ ਇੰਟਰਸਟ ਸੀ ਪਰ ਇਸ ਹਲਕੇ ਦੇ ਵਿੱਚ ਜਿਵੇਂ ਮੈਂ 10 ਸਾਲਾਂ ਤੋਂ ਲੱਗੀ ਹੋਈ ਸੀ ਆਪਣਾ ਕੰਮ ਕਰਨ ਅਤੇ ਬਹੁਤ ਜ਼ਿਆਦਾ ਸਮਾਜ ਸੇਵਾ ਵਿੱਚ ਲੱਗੀ ਹੋਈ ਸੀ ਲੋਕਾਂ 'ਚ ਜ਼ਿਆਦਾ ਵਿਚਰਦੀ ਸੀ ਤਾਂ ਉਹ ਚੀਜ਼ਾਂ ਅਬਜ਼ਰਵ ਕਰਕੇ ਪਾਰਟੀ ਨੇ ਇੱਕ ਸਰਵੇ ਕਰਾਇਆ ਅਤੇ ਉਹਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਮੈਨੂੰ ਪ੍ਰੈਫਰ ਕੀਤਾ ਆਪਰੇਸ਼ਨ ਬਹੁਤ ਕੀਤੇ ਅੱਖਾਂ ਦੇ ਤੁਸੀਂ ਮੈਡਮ ਹੈ ਨਾ ਹੁਣ ਸਿਆਸਤ ਦੇ ਆਪਰੇਸ਼ਨ ਲੱਗਦਾ ਹੋ ਜਾਣਗੇ ਕਾਮਯਾਬ ਬਿਲਕੁਲ ਜੀ ਆਪਾਂ ਜੇ ਚੰਗੀ ਨੀਤ ਨਾਲ ਕੰਮ ਕਰਾਂਗੇ ਤਾਂ ਕੋਈ ਵੀ ਕੰਮ ਕਰਨ 'ਚ ਕੋਈ ਮੁਸ਼ਕਲ ਨਹੀਂ ਆਉਂਦੀ ਸਿਆਸਤ ਦੇ ਆਪਰੇਸ਼ਨ ਵੀ ਕਰਾਂਗੇ ਚੀਰ ਫਾੜ ਸ਼ੁਰੂ ਹੋ ਗਈ ਬਿਲਕੁਲ ਸਮਝ ਰਹੀ ਹੈ ਕਿ ਕਿਵੇਂ ਕਰਨੇ ਚਾਹੀਦੇ ਨੇ ਆਪਰੇਸ਼ਨ ਬਿਲਕੁਲ ਅਤੇ ਕਿਸ ਤਰ੍ਹਾਂ ਦਾ ਰੁਝਾਨ ਕਿਸ ਤਰ੍ਹਾਂ ਦਾ ਮਿਲ ਰਿਹਾ ਹਲਕੇ ਲੋਕਾਂ 'ਚ ਜਾ ਰਹੇ ਹੋ ਹਲਕੇ ਦੇ ਲੋਕਾਂ 'ਚ ਜਾ ਰਹੀ ਹਾਂ ਬਹੁਤ ਵਧੀਆ ਹੁੰਗਾਰਾ ਦੇ ਰਹੇ ਨੇ ਲੋਕ ਬਹੁਤ ਪਿਆਰ ਕਰਦੇ ਨੇ ਮੇਰੇ ਮਰੀਜ਼ ਹੀ ਹੁੰਦੇ ਅੱਧੇ ਤੋਂ ਜ਼ਿਆਦਾ ਤਾਂ ਮੈਨੂੰ ਪਛਾਣਦੇ ਆ ਤਾਂ ਬਹੁਤ ਖੁਸ਼ ਹੋ ਕੇ ਮਿਲਦੇ ਆ ਅਤੇ ਇਸ ਗੱਲ ਦਾ ਵੀ ਹੁੰਗਾਰਾ ਭਰਦੇ ਕਿ ਤੁਹਾਡਾ ਸਾਥ ਦੇਵਾਂਗੇ ਵੋਟਰ ਇਹ ਵੀ ਆ ਦੇ ਸਾਡੇ ਕੋਲ ਅੱਜ ਡਾਕਟਰ ਖੁਦ ਚੱਲ ਕੇ ਆ ਗਈ ਹਾਂ ਵੋਟਰ ਇਹ ਵੀ ਕਹਿੰਦੇ ਆ ਨਾਲ ਇਹ ਵੀ ਪੁੱਛਦੇ ਆ ਵੀ ਆਪਰੇਸ਼ਨ ਕਦੋਂ ਕਰੋਗੇ ਕੰਪ ਕਦੋਂ ਲਗਾਓਗੇ ਵਧੀਆ ਮਨ ਲੱਗਿਆ ਸਿਆਸਤ ਦੇ ਵਿੱਚ ਹੌਲੀ ਹੌਲੀ ਮਨ ਬਣ ਜਾਂਦਾ ਜਦੋਂ ਬੰਦਾ ਕੋਈ ਇਸ ਕੰਮ 'ਚ ਪੈਂਦਾ ਤਾਂ ਥੋੜ੍ਹੇ ਟਾਈਮ ਨਾਲ ਉਹਦਾ ਮਨ ਬਣ ਹੀ ਜਾਂਦਾ ਜਦੋਂ ਆਪਾਂ ਸੋਚ ਲਈਏ ਕਿ ਇਹ ਕੰਮ ਕਰਨਾ ਹੀ ਹੈ ਪਰਿਵਾਰ ਵੱਲੋਂ ਕਿਸ ਤਰ੍ਹਾਂ ਦਾ ਮਿਲਿਆ ਸਹਿਯੋਗ ਜੀ ਪਰਿਵਾਰ ਵੱਲੋਂ ਵਧੀਆ ਸਹਿਯੋਗ ਦਿੱਤਾ ਜਾ ਰਿਹਾ ਹਰ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਪਿੱਛੇ ਰਹਿ ਕੇ ਵੀ ਮਿਲ ਰਿਹਾ ਸਾਹਮਣੇ ਆ ਕੇ ਵੀ ਮਿਲ ਰਿਹਾ ਪਿੱਛੇ ਰਹਿਣ ਦਾ ਕਾਰਨ ਕੀ ਪਿੱਛੇ ਰਹਿਣ ਦਾ ਕਾਰਨ ਇਹ ਹੈ ਕਿ ਸਾਡੇ ਪਰਿਵਾਰ ਵਿੱਚ ਜਿਵੇਂ ਮੇਰੇ ਹਸਬੈਂਡ ਨੇ ਸਰਕਾਰੀ ਨੌਕਰੀ 'ਤੇ ਨੇ ਤਾਂ ਉਹ ਸਿੱਧੇ ਤਰੀਕੇ ਨਾਲ ਕੋਈ ਸਿਆਸਤ 'ਚ ਪਾਰਟੀਸਪੇਟ ਨਹੀਂ ਕਰ ਸਕਦੇ ਪਰ ਉਸ ਤਰ੍ਹਾਂ ਮੇਰੀ ਹੈਲਪ ਕਰ ਰਹੇ ਨੇ ਮੈਮ ਕੀ ਲੱਗਦਾ ਜਿਹੜਾ ਸਿਆਸਤ 'ਤੇ ਆਮ ਆਦਮੀ ਹੈ ਜਿਵੇਂ ਆਮ ਆਦਮੀ ਪਾਰਟੀ ਦੀ ਆਈਡੋਲੋਜੀ ਹੈ ਉਹਨੂੰ ਲੈ ਕੇ ਦੂਜੀਆਂ ਪਾਰਟੀਆਂ ਨੂੰ ਵੱਖਰਾ ਕੀ ਸੋਚਦੇ ਆ ਤੁਸੀਂ ਸਿਆਸਤ 'ਚ ਆਏ ਉੱਧਰੋਂ ਜੁਆਇਨ ਕੀਤਾ ਕਿਵੇਂ ਇਹਦੇ ਨੂੰ ਜੁਆਇਨ ਕਰਿਆ ਹਾਂਜੀ ਜਿਵੇਂ ਇੱਥੇ ਸ਼ਾਇਦ ਮੈਂ ਕੋਈ ਹੋਰ ਪਾਰਟੀ ਮੈਨੂੰ ਕਹਿੰਦੀ ਤਾਂ ਮੈਂ ਨਾ ਹੀ ਜੁਆਇਨ ਕਰਦੀ ਪਰ ਆਮ ਆਦਮੀ ਪਾਰਟੀ ਨੇ ਜੋ ਦਿੱਲੀ 'ਚ ਕਰਕੇ ਦਿਖਾਇਆ ਅਤੇ ਉਹਦੇ ਵਿੱਚ ਜ਼ਿਆਦਾ ਜਿਹੜਾ ਕੰਮ ਸੀ ਉਹ ਹੈਲਥ ਪ੍ਰਤੀ ਹੋਇਆ ਤਾਂ ਡਾਕਟਰ ਹੋਣ ਦੇ ਨਾਤੇ ਮੈਨੂੰ ਇੱਕ ਅਟਰੈਕਸ਼ਨ ਸੀ ਆਮ ਆਦਮੀ ਪਾਰਟੀ ਪ੍ਰਤੀ ਕਿ ਇਸ ਤਰ੍ਹਾਂ ਦਾ ਕੰਮ ਸਾਨੂੰ ਵੀ ਆਪਣੇ ਲੋਕਾਂ ਨੂੰ ਕਰਕੇ ਦੇਣਾ ਚਾਹੀਦਾ ਮਲੋਟ ਦੀਆਂ ਸਮੱਸਿਆਵਾਂ ਤੋਂ ਜਾਣੂ ਹੋ ਗਈਆਂ ਕਿੰਨੀਆਂ ਕੁ ਸਮੱਸਿਆ ਨੇ ਕਿੰਨਾ ਕੁ ਕੰਮ ਹੋਇਆ ਬਿਲਕੁਲ ਜੀ ਮਲੋਟ ਦੀਆਂ ਸਮੱਸਿਆਵਾਂ ਵੀ ਬਾਕੀ ਜਿਹੜੇ ਪੰਜਾਬ ਦੇ ਹਲਕੇ ਨੇ ਉਹਨਾਂ ਦੀਆਂ ਸਮੱਸਿਆਵਾਂ ਤੋਂ ਅਲੱਗ ਨਹੀਂ ਨੇ ਜਿਵੇਂ ਸਕੂਲਾਂ ਦਾ ਬੁਰਾ ਹਾਲ ਹਸਪਤਾਲਾਂ ਦਾ ਬੁਰਾ ਹਾਲ ਮੈਨ ਪਾਵਰ ਨਹੀਂ ਹੈ ਹਸਪਤਾਲ 'ਚ ਡਾਕਟਰਸ ਨਹੀਂ ਹੈ ਅਤੇ ਉਸ ਤੋਂ ਬਾਅਦ ਜੇ ਛੋਟੀ ਛੋਟੀ ਸਮੱਸਿਆ 'ਤੇ ਝਾਤ ਮਾਰੀਏ ਤਾਂ ਮਲੋਟ ਵਿੱਚ ਵੀ ਇਸੇ ਤਰ੍ਹਾਂ ਹੀ ਹੈ ਵੀ ਇੱਕ ਤਾਂ ਆਪਾਂ ਇੱਕ ਇੱਥੇ ਬਹੁਤ ਜਿਹੜੀ ਮੈਂ ਹਰ ਵਾਰੀ ਕਹਿੰਦੀ ਹੁੰਦੀ ਕਿ ਬਹੁਤ ਮਾੜੀ ਹਾਲਤ 'ਚ ਲੋਕ ਰਹਿੰਦੇ ਦੇਖੇ ਮੈਂ ਕੁਛ ਵਾਰਡ ਇਸ ਤਰ੍ਹਾਂ ਦੇ ਨੇ ਜਿਹੜੇ ਛੱਪੜ ਦੇ ਵਿੱਚ ਘਿਰੇ ਹੋਏ ਨੇ ਉਹ ਸੀਵਰੇਜ ਦਾ ਪਾਣੀ ਹੈ ਮਤਲਬ ਰਹਿਣ ਯੋਗ ਨਹੀਂ ਨੇ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹਦੇ 'ਚ ਲੱਗਦਾ ਕਿ ਇਹਦੇ 'ਤੇ ਤਾਂ ਤੁਰੰਤ ਹੀ ਕੰਮ ਹੋਣਾ ਚਾਹੀਦਾ ਅਨਇੰਪਲਾਈਮੈਂਟ ਨੂੰ ਲੈ ਕੇ ਨਹੀਂ ਕੋਈ ਸਵਾਲ ਕਰਦੇ ਲੋਕ ਜੀ ਬਿਲਕੁਲ ਕਰਦੇ ਆ ਜਿੱਥੇ ਵੀ ਜਾਂਦੇ ਆ ਲੋਕ ਇਹੀ ਕਹਿੰਦੇ ਆ ਕਿ ਸਾਡੇ ਬੱਚਿਆਂ ਨੂੰ ਰੁਜ਼ਗਾਰ ਦੇਵਾਂਗੇ ਦਿਓਗੇ ਤਾਂ ਫਿਰ ਵੋਟ ਪਾਵਾਂਗੇ
ਬਹੁਤ ਵੱਡੀ ਸਮੱਸਿਆ ਅਨਇੰਪਲੋਇਮੈਂਟ ਦੀ। ਗਲੀਆਂ ਨਾਲੀਆਂ ਤੋਂ ਅੱਗੇ ਉੱਠ ਕੇ ਜਿਵੇਂ ਹੈਲਥ ਹੈ, ਐਜੂਕੇਸ਼ਨ ਲੈਵਲ ਹੈ, ਇਹਨੂੰ ਲੈ ਕੇ ਵੀ ਹੋ ਰਹੀ ਹੈ ਚਰਚਾ? ਬਿਲਕੁਲ ਹੋ ਰਹੀ ਹੈ। ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਤਾਂ ਬਾਕੀ ਪਾਰਟੀਆਂ ਜਿਵੇਂ ਗੱਲ ਕਰਦੀਆਂ ਆਟਾ ਦਾਲ ਦੇਵਾਂਗੇ, ਉਹ ਲੋਕ ਉਹਨਾਂ ਦੇ ਬੱਚੇ ਉੱਠ ਕੇ ਕਹਿੰਦੇ ਨੇ ਸਾਨੂੰ ਆਟਾ ਦਾਲ ਨਹੀਂ ਚਾਹੀਦਾ, ਸਾਡੇ ਬੱਚਿਆਂ ਨੂੰ ਸਿੱਖਿਆ ਦਿਓ, ਸਾਡੇ ਬੱਚਿਆਂ ਨੂੰ ਐਜੂਕੇਸ਼ਨ ਚਾਹੀਦੀ ਹੈ, ਸਾਨੂੰ ਸਿਹਤ ਚਾਹੀਦੀ ਹੈ। ਸਿਆਸਤ ਵਿੱਚ ਲਿਆਉਣ ਦੇ ਵਿੱਚ ਪ੍ਰੋਫੈਸਰ ਸਾਧੂ ਸਿੰਘ ਦਾ ਯੋਗਦਾਨ ਹੈ। ਉਹਨਾਂ ਨੇ ਕਿਹਾ ਤੁਹਾਨੂੰ ਇੱਧਰ ਆਉਣ ਨੂੰ ਕਿ ਤੁਹਾਡਾ ਆਪਣਾ ਹੀ ਮਨ ਬਣਿਆ ਸੀਗਾ ਜੀ? ਨਹੀਂ, ਸਿਆਸਤ ਦੇ ਵਿੱਚ ਲਿਆਉਣ ਵਿੱਚ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਸ਼੍ਰੀ ਭਗਵੰਤ ਸਿੰਘ ਮਾਨ ਦਾ ਯੋਗਦਾਨ। ਹਾਂਜੀ ਹਾਂਜੀ, ਪ੍ਰੋਫੈਸਰ ਸਾਹਿਬ ਇੰਨੇ ਇੰਟਰਸਟਿਡ ਨਹੀਂ ਸੀ, ਪਰ ਜਦੋਂ ਉਹਨਾਂ ਦਾ ਅੱਗੇ ਚਿਹਰਾ ਆਉਂਦਾ ਕਿ ਉਹ ਮੈਨੂੰ ਰਿਕੁਐਸਟ ਕਰਦੇ ਆ ਤਾਂ ਮੈਂ ਕਦੀ ਵੀ ਨਾ ਨਹੀਂ ਕਰ ਸਕਦੀ ਸੀ। ਪ੍ਰੋਫੈਸਰ ਸਾਹਿਬ ਤਾਂ ਆਪ MP ਬਣੇ ਸੀ, ਫਿਰ ਕਾਹਤੋਂ ਇੰਟਰਸਟਿਡ ਨਹੀਂ ਸੀਗੇ ਜੀ? ਬਿਲਕੁਲ ਨਹੀਂ ਇੰਟਰਸਟਿਡ ਸੀ, ਕਿਉਂਕਿ ਉਹਨਾਂ ਨੇ ਸਿਆਸਤ ਨੂੰ ਬਹੁਤ ਨੇੜਿਓਂ ਦੇਖ ਲਿਆ ਸੀ। ਆਪਾਂ ਆਮ ਹੀ ਕਹਿ ਦਿੰਦੇ ਹਾਂ ਕਿ ਸਿਆਸਤ ਕੋਈ ਬਹੁਤ ਅੱਛੀ ਗੇਮ ਨਹੀਂ ਹੈ, ਡਰਟੀ ਗੇਮ ਹੈ, ਤਾਂ ਉਹਨੂੰ ਲੱਗਦਾ ਸੀ ਕਿ ਇਹਦੇ ਵਿੱਚ ਪਾਸੇ ਰਹੀਏ ਤਾਂ ਜ਼ਿਆਦਾ ਕੰਫਰਟੇਬਲ ਹੈ ਲਾਈਫ। ਮੈਮ ਇੱਕ ਲਾਸਟ 'ਚ ਇਹੀ ਸਵਾਲ ਹੈ, ਜਿਸ ਤਰ੍ਹਾਂ ਭਗਵੰਤ ਮਾਨ ਨੂੰ CM ਚਿਹਰਾ ਐਲਾਨਿਆ ਗਿਆ, ਲੱਗਦਾ CM ਫੇਸ ਨੂੰ ਲੈ ਕੇ ਪਿੱਛੇ ਜਿਵੇਂ ਉਲਝਣਾਂ ਰਹੀਆਂ ਸੀ ਪਿਛਲੀ ਵਾਰੀ, ਇਸ ਵਾਰ ਫਾਇਦਾ ਹੋਊਗਾ ਜੀ ਆਮ ਆਦਮੀ ਪਾਰਟੀ? ਬਹੁਤ ਫਾਇਦਾ ਹੋਏਗਾ ਜੀ। ਜਦੋਂ ਤੋਂ ਭਗਵੰਤ ਮਾਨ ਜੀ ਦਾ ਚਿਹਰਾ ਐਲਾਨਿਆ ਗਿਆ, ਉਦੋਂ ਤੋਂ ਲੋਕਾਂ ਦੇ ਵਿੱਚ ਇੱਕ ਵੱਖਰਾ ਉਤਸ਼ਾਹ ਦੇਖਣ ਨੂੰ ਮਿਲਿਆ। ਮਤਲਬ ਬਹੁਤ ਜ਼ਿਆਦਾ ਲੋਕ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨਾਲ ਜੁੜੇ ਆ, ਅਤੇ ਮੈਨੂੰ ਲੱਗਦਾ ਕਿ ਇਸ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਜ਼ਰੂਰ ਹੋਊਗਾ। ਪਰਿਵਾਰ ਦੇ ਵਿੱਚ ਨਾ ਭਾਂਡੇ ਖੜਕਦੇ ਹੈ, ਕੋਈ ਖੜਕਾ ਦੜਕਾ ਇੱਥੇ ਵੀ ਹੋਇਆ ਤੁਹਾਡੇ ਆਉਣਾ ਕਿ ਨਹੀਂ ਜੀ? ਟਿਕਟ ਨੂੰ ਲੈ ਕੇ ਰੌਲਾ ਪਿਆ ਵੀ? ਹਾਂਜੀ, ਥੋੜ੍ਹਾ ਬਹੁਤ ਖੜਕਾ ਦੜਕਾ ਤਾਂ ਹੁੰਦਾ ਹੀ ਆ ਹਰ ਜਗ੍ਹਾ 'ਤੇ, ਕਿਉਂ ਟਿਕ ਨੂੰ ਮਿਲਦੀ ਆ ਅਤੇ ਬਾਕੀਆਂ ਵਿੱਚ ਨਾਰਾਜ਼ਗੀ ਤਾਂ ਆਉਂਦੀ ਹੁੰਦੀ ਹੈ, ਲੇਕਿਨ ਅਸੀਂ ਉਹ ਖੜਕਾ ਦੜਕਾ ਸਾਂਭ ਲਿਆ। ਧੰਨਵਾਦ ਜੀ ਟਾਈਮ ਤੋਂ ਤੁਹਾਡਾ ਕੀਮਤੀ ਸਮਾਂ। ਸੋ ਜੁੜੇ ਰਹੋ ਸੱਚ ਬਾਈ ਨਾਲ, ਫਿਰ ਕਿਸੇ ਹੋਰ ਸ਼ਖਸੀਅਤ ਨਾਲ ਮਿਲਾਂਗੇ। ਦਿਓ ਇਜਾਜ਼ਤ, ਧੰਨਵਾਦ।